एक बुजुर्ग महिला जिस दे वल्लों नहर दे विच छाल मारी गई सी जिस दे नाल उस दी मौत हो गई, लेकिन उसनू बचाउण दे लई एक नौजवान जिस दे वल्लों नहर दे विच छाल मारी गई उस महिला नू बचाउण दी कोशिश की गई बाहर कढ़न दे लई, लेकिन वह खुद भी उस नहर दे विच जिहड़ा रुढ़ गया। सो मंदभागी यह खबर जिहड़ी सामने आई है, दस दईए कि सुरंद नहर दे विच नौजवान जिहड़ा छाल मारद एक महिला को बचाने के लिए रूपनगर के दस दईए कि यह जी नहर निकलती है 4:30 बजे के करीब यह हादसा वापरद एक बुजुर्ग औरत जो कि नहर के दसिया जा रहा है कि नहाने के लिए उतरी सी पर पानी के तेज वहा कारण पानी के डुब गई तो उसकी मौत हो गई, जिसकी लाश थोड़ी दूर जाके गोताखोरों ने बरामद कर ली, लेकिन उसनू बचाने के लिए नहर के एक नौजवान ने छाल मारी सी जो कि नहर के ही डुब गया। जानकारी यह मिली अधिकारी मौके पर उत्थे पुजते ने बुजुर्ग औरत की लाश को कब्जे के लैके सरकारी हस्पताल रोपड़ की मोर्चरी के 72 घंटे के लिए शनाखत दे रखा गया। सो नौजवान जिसने नहर के छलांग लगाई उसकी पहचान अभिषेक वासी रेलवे कलोनी वजों हुई है जो कि नाई का काम जरा करता से। पुलिस ने नौजवान की भाल के लिए गोताखोरों सूचित कर दिता है, युवक की भाल जी की जा रही क्योंकि नौजवान हजे लभ्या जरा नहीं है, लेकिन कहा जा रहा है कि उसके वालों भी छाल मार ली गई। सो इस मामले को लेकर पुलिस की कुछ कह रही है, तुसी नजर मारो। ਇੱਥੇ ਸਾਰਾ ਭਾਜੀ ਪਾਣੀ ਚ ਲਾਸ ਆਈ ਏ ਬੈਠ ਕੇ ਬੰਦੇ ਨੇ ਆਵਾਜ਼ ਮਾਰਤੀ, ਇਹਨਾਂ ਨੇ ਕਿਹਾ ਕਿ ਭਾਈ ਇਹ ਲਾਸ ਖਿੱਚ ਲਓ ਅਹੀਂ ਖਿੱਚਦਾ। ਅੱਛਾ ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਇਹ ਹੋ ਗਿਆ ਜੀ ਆਧਾ ਘੰਟਾ ਇਥੋਂ ਸੰਦੇ। ਤੇ ਹੋਰ ਵੀ ਹੈ ਨਾਲ ਇਹਦੇ ਕੋਈ ਕਿ ਇਕੱਲੀ ਬੀਬੀ ਸੀ? ਨਹੀਂ ਕੋਈ ਨਹੀਂ ਹੈ ਨਾਲ ਦੀ। ਇਹ ਜਾਣ ਪਛਾਣ ਹੋ ਸਕੀ ਕਿੱਥੇ ਦੀ? ਨਹੀਂ ਜੀ। ਅੱਛਾ ਕਿੰਨਾ ਕੁ ਡੂੰਗਾ ਪਾਣੀ ਹੈਗਾ ਇੱਥੇ? ਪਾਣੀ ਹੈ ਜੀ 4-5 ਫੁੱਟ ਦੀ। ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਰਾ? ਜੀ ਆਈ ਸੀਗਾ ਸਾਨੂੰ ਬੰਦੇ ਇਹ ਫੋਨ ਆਇਆ ਹੋਣਾ, ਉਹਨੇ ਆਵਾਜ਼ ਮਾਰਤੀ ਅਹੀਂ ਖਿੱਚ ਲਿਆ। ਤੁਸੀਂ ਇੱਥੇ ਹੀ ਰਹਿੰਦੇ ਹੋ? ਨਹੀਂ ਜੀ ਮੈਂ ਤੇ ਅਨੰਦਪੁਰ ਦਾ ਹਾਂ। ਹਾਦਸਾ ਹੋਇਆ ਇੱਥੇ ਇਹ? ਸਾਨੂੰ ਨਾਂ ਦਾ ਕੋਈ ਪਤਾ ਨਹੀਂ ਜੀ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੈਬ ਸਿੰਘ ਆ। ਕੀ ਹਾਦਸਾ ਹੋਇਆ ਇੱਥੇ? ਹਾਦਸਾ ਕਿਹਾ ਮੁੰਡਾ ਮੋਟਰਸਾਈਕਲ ਤੇ ਆ, ਬੁੜੀ ਡੁੱਬੀ ਜਾਂਦੀ ਸੀ ਸਿਰ ਦੀ। ਅੱਛਾ। ਇਹ ਮੁੰਡੇ ਨੇ ਜਾ ਕੇ ਛਾਲ ਮਾਰੀ, ਇਹ ਮੁੰਡੇ ਦੇ ਕਾਬੂ ਨਹੀਂ ਆਈ, ਇਹ ਮੁੰਡਾ ਵੀ ਗਾਹਾਂ ਜਾ ਕੇ ਡੁੱਬ ਗਿਆ ਹੈ ਜੀ। ਬਾਕੀ ਬੁੜੀ ਸਿਰ ਦੀ ਗਾਹਾਂ ਲੰਘ ਗਈ ਹੈ ਜੀ। ਪਾਣੀ ਦੇ ਦੋਵੇਂ ਡੁੱਬੇ ਜੀ, ਹੁਣ ਇੱਕ ਬੁੜੀ ਡੁੱਬੀ ਇੱਕ ਮੁੰਡਾ ਡੁੱਬਿਆ। ਜਾਣ ਪਛਾਣ ਨਹੀਂ, ਅਸੀਂ ਤਾਂ ਇੱਥੇ ਵੀ ਆਉਂਦੇ ਬਈਏ, ਕਿਆ ਪਤਾ ਕੌਣ ਆ ਕੌਣ ਨਹੀਂ ਸਾਨੂੰ। ਸੀਗੀ ਬਈ ਨਹਿਰ 'ਚ ਕੋਈ ਬਜ਼ੁਰਗ ਮਾਤਾ ਦੀ ਡੈੱਡ ਬੋਡੀ ਕੱਢੀ ਗਿਆ ਵੀ, ਜਦੋਂ ਆਪਾਂ ਮੌਕੇ 'ਤੇ ਪੁੱਜੇ ਤਾਂ ਉਹਨੂੰ ਬਚਾਉਣ ਵਾਸਤੇ ਇੱਕ ਲੜਕੇ ਨੇ ਰਵੀਦਾਸ ਧਰਮਸ਼ਾਲਾ ਕੋਲੋਂ ਨਹਿਰ ਦੇ ਵਿੱਚ ਉਤਰਿਆ, ਉਹ ਜਿਹੜਾ ਉਹ ਵਿੱਚੋਂ ਨਹੀਂ ਨਿਕਲਿਆ, ਦੂਜੇ ਥੱਲੇ ਡਬੋਲੀ ਨੇ ਮਾਤਾ ਦੀ ਡੈੱਡ ਬੋਡੀ ਤੋਂ ਬਾਹਰ ਕੱਢ ਲਈ। ਪਰ ਲੜਕੇ ਬਾਰੇ ਅਭਿਸ਼ੇਕ ਉਹਦਾ ਪਤਾ ਲੱਗਿਆ ਵੀ ਅਭਿਸ਼ੇਕ ਕੁਮਾਰ ਹੈ ਉਹ ਰੇਲਵੇ ਰੋਡ ਦਾ, ਉਹਦਾ ਬਾਰੇ ਅਜੇ ਕੁਛ ਨਹੀਂ ਪਤਾ ਲੱਗਿਆ ਵੀ ਉਹ ਮੇਰੇ ਹਿਸਾਬ ਨਾਲ ਪਿੱਛੇ ਰੁੜ ਗਿਆ। ਮਾਤਾ ਦੀ ਕੋਈ ਪਛਾਣ? ਮਾਤਾ ਦੀ ਕੋਈ ਪਛਾਣ ਵੀ ਆਪਾਂ ਪਰਸ ਦੇ ਪਾ ਰਹੇ ਗਰੁੱਪਾਂ ਵਿੱਚ, ਤੁਹਾਨੂੰ ਵੀ ਰਿਕੁਐਸਟ ਕਰ ਰਹੇ ਹਾਂ ਵੀ ਪਾਓ ਆਪਾਂ 72 ਘੰਟੇ ਬਾਅਦ ਰਖਾਤੀ ਡੈੱਡ ਬੋਡੀ ਕੀ ਕਾਰਵਾਈ ਕਰ ਰਹੇ ਹਾਂ। 14 ਦੀ ਗੱਲ ਵੀ ਕਰਾਂਗੇ ਆਪਾਂ, ਡੈੱਡ ਬੋਡੀ ਰਖਾਤੀ ਹੌਸਪੀਟਲ 'ਚ।